ਸਾਡੇ ਕੋਲ ਆਏ ਨੇ, ਇਹਨਾਂ ਚਰਨ ਪਾਏ ਨੇ। ਔਰ ਇਹਨਾਂ ਨੇ ਜਿਵੇਂ ਦੱਸਿਆ ਕਿ ਬਾਬਾ ਤੇਲੂ ਜੀ ਦੀ 5ਵੀਂ ਬਰਸੀ ਮਨਾਈ ਜਾ ਰਹੀ, ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। 2-3-4 ਫਰਵਰੀ ਨੂੰ ਮਨਾਈ ਜਾ ਰਹੀ ਹੈ, ਜਿਹਦੇ ਵਿੱਚ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਕੁਆਲ ਸਾਰੇ ਆ ਰਹੇ ਨੇ, ਜਿਵੇਂ ਕਿ ਸਤਿੰਦਰ ਸਰਤਾਜ ਜੀ, ਨੂਰਾ ਸਿਸਟਰ ਜੀ ਅਤੇ ਹੋਰ ਮੰਨੇ ਪ੍ਰਮੰਨੇ ਜਿਹੜੇ ਸਿੰਗਰ ਨੇ ਪੰਜਾਬ ਦੇ, ਉਹ ਸਾਰੇ ਸ਼ਿਰਕਤ ਕਰਦੇ ਨੇ। ਅਸੀਂ ਮੀਡੀਆ ਦੇ ਮਾਧਿਅਮ ਰਾਹੀਂ ਸਮੂਹ ਕਪੂਰਥਲਾ ਨੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦਾ, ਮੈਂ ਆਪਣੇ ਵੱਲੋਂ, ਆਪਣੀ ਟੀਮ ਵੱਲੋਂ, ਆਪਣੀ ਸੰਸਥਾ ਵੱਲੋਂ ਬੇਨਤੀ ਕਰਦਾ ਕਿ ਸਾਰੀਆਂ ਸੰਗਤਾਂ ਹੁੰਮ ਹੁਮਾ ਕੇ ਇਹਨਾਂ ਰੌਣਕਾਂ ਇਸ ਮੌਕੇ 'ਤੇ ਰੌਣਕ ਵਧਾਉਣ ਅਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਪੰਜਾਬ ਹੈ, ਇਹ ਵਸਦਾ ਹੈ ਗੁਰੂਆਂ ਪੀਰਾਂ ਦੇ ਨਾਂ 'ਤੇ ਆ, ਉਹਨਾਂ ਦੀ ਵਰਸਾਈ ਧਰਤੀ ਆ। ਇਹੋ ਜਿਹਾ ਮੇਲੇ ਜਿਹੜੇ ਸੱਭਿਆਚਾਰਕ ਮੇਲੇ ਨੇ, ਇਹ ਆਪਸ ਵਿੱਚ ਭਾਈਚਾਰਕ ਸਾਂਝ ਵਧਾਉਂਦੇ ਨੇ ਅਤੇ ਸਾਨੂੰ ਸਾਰਿਆਂ ਨੂੰ ਉਹ ਭਾਈਚਾਰਕ ਸਾਂਝ ਦਾ ਸਬੂਤ ਦੇਣਾ ਚਾਹੀਦਾ। ਇਹੋ ਜਿਹੇ ਮੇਲਿਆਂ 'ਤੇ, ਇਹੋ ਜਿਹੇ ਮੌਕਿਆਂ 'ਤੇ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੇ ਇਹਨਾਂ ਮਨਾਉਣੇ ਚਾਹੀਦੇ, ਸਾਡੇ ਵੱਡੇ ਵਡੇਰੇ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ, ਉਹਨਾਂ ਦੇ ਦਿੱਤੇ ਪੂਰਨਿਆਂ 'ਤੇ ਸਾਨੂੰ ਹਮੇਸ਼ਾ ਚੱਲਣਾ ਚਾਹੀਦਾ ਜੀ। ਔਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ, ਖਾਸ ਕਰ ਕਪੂਰਥਲਾ ਵਾਸੀਆਂ ਨੂੰ ਬੇਨਤੀ ਕਰਦਾ, ਫਿਰ ਦੁਬਾਰਾ ਬੇਨਤੀ ਕਰਦਾ ਕਿ ਉਸ ਦਿਨ ਸਾਰੇ ਦਰਸ਼ਨ ਦੇਣ ਔਰ ਜਿਹੜੀ ਹੈ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਜੀ।